ਜਸਾ ਬੰਨ ਕੇ ਆਉਂਦੇ ਹਨ, ਲੰਘਦੇ ਜਾਂਦੇ ਹਨ ਦਾਲੇ ਬਾਜ਼ਾਰ ਸੀ, ਉਹ ਲੰਮਾ ਨਾ ਸੋਟਾ ਬੰਨ ਕੇ ਤੇ ਉਹਨੂੰ ਅੱਗ ਲਾ ਦਿੱਤੀ। ਮਾਲ ਵੱਧਾ ਰੂੰ ਕਿੰਨੇ ਹੈ ਉਹ ਅਲਮਾਰੀ ਦੇ ਪਿੰਡ ਦੀ ਸੀ ਤੁਹਾਡੇ ਦੀ? ਹਾਂ, ਉਹਨੇ ਪਾਇਆ ਜਿਵੇਂ ਸੋਟਾ ਤੇ ਅੱਗ ਲੱਗ ਗਈ, ਕੱਪੜਿਆਂ ਨੂੰ ਵੀ ਲੱਗ ਗਏ ਤੇ ਅਸੀਂ ਪੰਜ ਹੋਏ ਨੱਸ ਗਏ ਸਰਦੇ ਬਲਦੇ। ਅੱਛਾ, ਚਲ ਬੈਠੇ ਤੇ ਉਦੋਂ ਬਾਦਾ ਫਿਰ ਜਦੋਂ ਜ਼ੋਰ ਖੰਭੇ ਚਲੀ ਆਈ ਆ, ਇਹਨਾਂ ਆਖਿਆ ਵੀ ਤੁਹਾਡੀ ਵਾਰੀ ਆ ਗਈ ਆ ਤੇ ਨਹੀਂ ਤੇ ਤੁਹਾਡੇ ਵਾਸਤੇ 2000 ਬੰਦਾ ਇਕੱਠਾ ਕੀਤਾ ਹੈ ਕਾਫਲਾ, ਉਹ ਪਏਗਾ ਲਫੜਾ ਚੱਲਣ ਗਈਆਂ। ਅੱਛਾ, ਕਹਿੰਦੇ ਆ ਸੀ ਫਜਲ, ਉਸ ਆਖਿਆ ਵੀ ਅਸਲ ਸਾਨੂੰ ਭਾਰ ਕੋਈ ਨਹੀਂ, ਉਹਨੇ ਹੱਥ ਦੱਸੀ ਹੱਥ ਦੱਸੀ ਅਸਲ ਬਣਾ ਲਿਆ ਜਿਸ ਤਰ੍ਹਾਂ ਦੀਆਂ ਜਾਨਵਰ ਮਾਰਨ ਵਾਲੀਆਂ ਰਫਲਾਂ ਨੇ, ਇਸ ਤਰ੍ਹਾਂ ਦੀਆਂ ਬੰਦੂਕਾਂ ਸਨ, ਉਹਨੇ ਨਾਲੀਆਂ ਉਹ ਬਣਾਈਆਂ ਸੀ, ਉਹ ਨਾਲੀਆਂ ਬੰਦਾ ਮਾਰ ਦਿੰਦੀਆਂ। ਅੱਛਾ, ਹਾਂਜੀ, ਉਹਨੇ ਆਖਿਆ ਸਾਨੂੰ ਹੱਥਾਂ ਦਾ ਦੇਣਾ, ਉਹਨੇ ਆਖਿਆ ਦਿਓ। ਸਾਰੇ ਅਸੀਂ ਵੀ ਰਿਪੋਰਟ ਕੀ ਤੇ ਜੱਟ ਕੀ, ਇਹ ਇਸੇ ਦਾ ਸਿਰ ਵੀ ਜਿਵੇਂ ਭਰਾ ਭਰਾ ਹੁੰਦੇ ਨੇ, ਸੱਜਣ ਸਨ, ਇੱਕ ਦੂਜੇ ਦੇ ਦੁਸ਼ਮਣ ਨਹੀਂ ਸਨ, ਸੱਜਣ ਸਨ। ਅਸਲਾਮ ਅਲੈਕਮ ਜੀ, ਸਤਿ ਸ਼੍ਰੀ ਅਕਾਲ, ਅਦਾਬ ਦੋਸਤੋ, ਸਭ ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਬੱਦਰ ਉੱਤੇ ਬੈਠੇ ਹਾਂ। ਲੰਘਦੇ ਅਸੀਂ ਪਏ ਸੀ ਇੱਥੋਂ ਅਤੇ ਸਾਨੂੰ ਇੱਕ ਬਜ਼ੁਰਗ ਮਿਲੇ ਅਤੇ ਅਸੀਂ ਇਹਨਾਂ ਦਾ ਇੰਟਰਵਿਊ ਕਰਨ ਲੱਗੇ ਹਾਂ ਜੀ, ਅਤੇ ਇਹ ਜ਼ਿਲ੍ਹਾ ਗੁਰਦਾਸਪੁਰ ਦੇ ਬਜ਼ੁਰਗ ਨੇ ਅਤੇ ਅਸੀਂ ਅੱਜ ਇਹਨਾਂ ਕੋਲੋਂ ਇਹਨਾਂ ਦੀ 47 ਦੀ ਕਹਾਣੀ ਪੁੱਛਾਂਗੇ ਅਤੇ ਆਓ ਗੱਲਬਾਤ ਸਾਂਝੀ ਕਰੀਏ। ਅਸਲਾਮ ਅਲੈਕਮ, ਕੀ ਹਾਲ ਚਾਲ ਆ? ਠੀਕ ਠਾਕ ਹੋ? ਹਾਂਜੀ। ਕੀ ਨਾਮ ਹੈ ਆਪਣਾ? ਮੇਹਰਦੀਨ। ਮੇਹਰਦੀਨ, ਤੁਹਾਡੇ ਵਾਲਾ ਸਾਹਿਬ ਦਾ ਵੱਡਾ ਤੇ ਦਾਦਾ ਜੀ ਦਾ? ਹਾਂ, ਦਾਦੇ ਦਾ, ਦਾਦੇ ਦਾ ਨਹੀਂ ਨਾਮ। ਅੱਛਾ, ਨਹੀਂ ਪਤਾ ਕਿਹੜੀ ਬਰਾਦਰੀ ਆਪਣੀ? ਕਮਿਆਰ। ਕਮਿਆਰ, ਪਿੱਛੇ ਆਪਣਾ ਕਿਹੜਾ ਪਿੰਡ ਸੀ? ਸ਼ਿਕਾਰ। ਸ਼ਿਕਾਰ, ਸ਼ਿਕਾਰ ਮਾਸ਼ੀਆ ਦਾ ਕਰਕੇ ਸਾਡੇ। ਅੱਛਾ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਲੱਗੇ ਗੰਗੋਰ, ਠੇਠਰ ਵਾਲੀ, ਖਾਲਾ, ਮੇਗਾ। ਹਾਂਜੀ, ਠੇਠਰ ਵਾਲੀ ਤੇ ਕੁੜੀ ਲਾਗੇ ਤਲਵੰਡੀ ਭੇਡਾਂ ਦੀ। ਅੱਛਾ, ਹਾਂ, ਚੀਮਾ 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 ਗੁਰਦਾਸਪੁਰ ਵਾਲਾ, ਇਹ ਸਾਡੇ ਉੱਥੇ ਤਲਵੰਡੀ ਦਾ। ਅੱਛਾ ਅੱਛਾ ਅੱਛਾ, ਤੇ ਤੁਹਾਡਾ ਜਿਹੜਾ ਪਿੰਡ ਸੀ, ਹਾਂਜੀ, ਇਹਦੀ ਤਹਿਸੀਲ ਕਿਹੜੀ ਸੀ? ਹਾਂ, ਤਹਿਸੀਲ, ਤਹਿਸੀਲ ਡੇਰਾ। ਅੱਛਾ, ਡੇਰਾ, ਜ਼ਿਲ੍ਹਾ ਗੁਰਦਾਸਪੁਰ। ਹਾਂ, ਸਹੀ ਹੋ ਗਿਆ। ਕਿੱਡਾ ਕੁ ਵੱਡਾ ਪਿੰਡ ਸੀ? ਹਾਂ, ਕਿੱਡਾ ਕੁ ਵੱਡਾ ਪਿੰਡ? ਨਵੇਂ ਨਵੇਂ ਪਿੰਡ ਸੀ। ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਹਾਂ, ਬਰਾਦਰੀ ਕਨਿਆਰ ਤੇ ਰਾਜਪੂਤ ਤੇ ਮਾਸ਼ੀ। ਅੱਛਾ, ਹਾਂਜੀ, ਤੇਰੇ ਕੌਮ ਸੀ ਰਾਜਪੂਤ ਜ਼ਿਆਦਾ ਸਨ? ਰਾਜਪੂਤ ਸਾਰਾ ਰਾਜਪੂਤ ਹੀ ਸੀ, ਸੁੰਦਰ ਲੰਬੜ ਜਿਹੜਾ ਸੀ ਉਹ ਬੰਦੇ ਅਲੱਖਾਂ ਪੱਟ ਕੇ ਵੇਖ ਛੱਡਦੇ ਤੇ ਉਹਨੂੰ ਚਾਲਣ ਹੋ ਜਾਂਦਾ, ਭਾਵੇਂ ਸਿਪਾਹੀ ਹੋਏ ਤੇ ਭਾਵੇਂ ਠਾਣਦਾਰ ਹੋਏ। ਅੱਛਾ, ਜਿਹੜ ਤੋਲਾ ਬੰਦਾ ਸੀ, ਸਹੀ ਹੋ ਗਿਆ। ਤੇ ਬਾਬਾ ਜੀ ਸਿੱਖ ਵੀ ਰਹਿੰਦੇ ਸੀ? ਹਾਂ, ਸਿੱਖ ਨਹੀਂ, ਸਾਡਾ ਮੁਸਲਮਾਨ ਦਾ ਪਿੰਡ ਸੀ ਸਾਰੇ, ਤੰਦਰ ਸਿੰਘ ਬਾਹਮਣਾਂ ਦੇ ਘਰ ਸਨ, ਦੋ ਤਿੰਨ ਹੋਰ ਕੋਈ ਕੁਛ ਆ। ਅੱਛਾ, ਬਾਹਮਣਾਂ ਦੇ ਹੈ ਸਨ? ਹਾਂ, ਉਹਨਾਂ ਦਾ ਕੀ ਨਾਂ ਸੀ? ਹਾਂ, ਉਹਨਾਂ ਦਾ ਨਾਮ ਭੁੱਲ ਗਿਆ ਵਾ, ਜੇ ਦੋ ਦਾ ਨਾਮ ਆ ਯਾਦ, ਰੱਬ ਤੇਰਾ ਭਲਾ ਕਰੇ, ਮੇਲਾ, ਕਿਰਪਾ, ਇਹਨਾਂ ਦਾ ਨਾਂ ਸੀ ਯਾਦ, ਤੇ ਦੂਜਿਆਂ ਦਾ ਕੋਈ ਨਾਂ ਨਹੀਂ। ਤੁਹਾਡੀ ਉਸ ਵੇਲੇ ਕਿੰਨੀ ਉਮਰ ਸੀ? ਹਾਂ, 15-16 ਸਾਲਾਂ ਦੀ ਉਮਰ। ਅੱਛਾ, 15-16 ਸਾਲਾਂ ਦਾ। ਹਾਂ, ਸਹੀ ਹੈ, ਫਿਰ ਤਾਂ ਤੁਸੀਂ ਜਵਾਨ ਸੀ ਨਾ। ਹਾਂ, ਸਾਰੇ ਪਤਾ, ਸਾਰਿਆਂ ਦਾ ਵਿਆਹ ਸਿੱਖ ਸੀ, ਆ ਮੁਸਲਮਾਨ ਸੀ, ਚਮਿਆਰ ਸੀ, ਅੱਛਾ, ਬਾਹਮਣ ਸੀ, ਇਹਨਾਂ ਸਾਰਿਆਂ ਦਾ ਪਤਾ ਸੀ। ਆਲੇ ਦੁਆਲੇ ਸਿੱਖਾਂ ਦੇ ਜਾਂ ਹਿੰਦੂਆਂ ਦੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਸਾਡੇ ਕੋਲ ਹਟ ਨਹੀਂ ਸਨ ਸਿੱਖ। ਕਿਹੜਾ ਪਿੰਡਾਂ 'ਚ? ਹਾਂ, ਬਟਾਲੇ ਵੱਲ। ਅੱਛਾ, ਹਾਂਜੀ, ਇਹ ਸਾਡੇ 5-7 ਪਿੰਡ ਜਿਹੜੇ ਨੇ ਸਾਰੇ ਮੁਸਲਮਾਨਾਂ ਦੇ। ਅੱਛਾ, ਮੁਸਲਮਾਨਾਂ ਦੇ ਸੀ। ਹਾਂ, ਕਿਹੜੀ ਕਿਹੜੀ ਬਰਾਦਰੀ ਦੇ? ਹਾਂ, ਕਿਹੜੀ ਕਿਹੜੀ ਬਰਾਦਰੀ? ਜੱਟ ਵੀ ਸਨ ਤੇ ਭਿੰਡਣ ਸਨ, ਇਸ ਤਰ੍ਹਾਂ ਦੇ ਕਰਕੇ ਕੌਮਾਂ ਸਨ। ਸਹੀ। ਹਾਂ, ਤੇ ਅੱਛਾ ਬਜ਼ੁਰਗ, ਮੇਲਾ ਸ਼ੇਲਾ ਲੱਗਦਾ ਸੀ ਪਿੰਡ 'ਚ? ਹਾਂ, ਮੇਲਾ, ਮੇਲਾ ਸ਼ਿਕਾਰੇ। ਅੱਛਾ, ਹਾਂ, ਬਾਬਾ ਮੇਲਾ ਹੁੰਦਾ? ਹਾਂ, ਬਾਬਾ ਚੰਗਾ ਮੇਲਾ ਭਰਵਾ ਹੁੰਦਾ ਸੀ। ਅੱਛਾ,
ਤੇ ਵਾਈ ਖੂਹਾਂ ਦੀ ਹੁੰਦੀ ਸੀ ਉੱਥੇ ਹਾਂ ਨਹਿਰੀ ਪਾਣੀ ਸੀ ਕਿ ਖੂਹਾਂ ਦੀ ਵਾਈ ਸੀ ਖੂਹਾਂ ਦੀ ਖੂਹਾਂ ਦੀ ਵਾਈ ਨਾਲ ਕੋਈ ਦੀ ਅੱਛਾ ਕਿਹੜੇ ਕਿਹੜੇ ਨਾਂ ਦੇ ਖੂਹ ਵਾਈਦੇ ਸੀ ਇਹ ਤਾਂ ਸਾਨੂੰ ਪਤਾ ਨਹੀਂ ਗਾ ਹੁਣ ਦੇਖੀ ਆਵੇ ਆਏ ਨਾ ਸਾਨੂੰ ਇਹਦੀ ਸੰਭਾਲ ਤਾਂ ਨਹੀਂ ਨਾ ਤੇ ਬਚਪਨ ਸਾਹਿਬ ਤੋਂ ਤੇ ਉਹ ਜੇ ਖੂਹ ਦੇ ਬਥੇਰੇ ਸਨ ਗੇ ਇਹ ਪਤਾ ਕੋਈ ਨਹੀਂ ਇੱਕ ਦਿਆਂ ਵਾਲਾ ਸੀ ਇੱਕ ਰੱਬ ਤੇਰਾ ਭਲਾ ਕਰੇ ਭੁੱਲ ਗਏ ਨਾ ਨਾ ਤੇ ਆਉਂਦੇ ਸਨ ਦੁੱਧ ਹੁਣ ਨਹੀਂ ਤੁਹਾਡਾ ਘਰ ਕਿਹੜੇ ਬੰਨੇ ਸੀ ਪਿੰਡ ਦਾ ਚੜ੍ਹਦੇ ਪਾਸੇ ਚੜ੍ਹਦੇ ਪਾਸੇ ਹਾਂ ਪੱਕੇ ਮਕਾਨ ਸੀ ਕਿ ਕੱਚੇ ਕੱਚੇ ਉਦੋਂ ਪੱਕੇ ਕਿੱਥੇ ਸਨ ਕਦੇ ਮਿਲਦੇ ਬਾਂਧੇ ਹੋਏ ਕਦੇ ਕੱਚੇ ਉਦੋਂ ਪੱਕੇ ਮਿਲਦੇ ਬਾਂਧੇ ਸਨ ਕੱਚੇ ਸਨ ਕੱਚਿਆਂ ਮਕਾਨਾਂ ਸੀ ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ ਹਾਂ ਮਸਜਿਦਾਂ ਮਸਜਿਦਾਂ ਬਥੇਰੀਆਂ ਸਨ ਮਸਜਿਦਾਂ ਉਦੋਂ ਸਲੋਕ ਸੀ ਲੋਕਾਂ ਦਾ ਆਪਦਾ ਚਾਰ ਪੰਜ ਮਸਜਿਦਾਂ ਨਵੇਂ ਨਵੇਂ ਪਿੰਡ ਸੀ ਤੇ ਚਾਰ ਪੰਜ ਮਸਜਿਦਾਂ ਸਨ ਚਾਰ ਪੰਜ ਮਸਜਿਦਾਂ ਹਾਂ ਤੇ ਰਾਹਤ ਮੈਨੂੰ ਪਤਾ ਵੀ ਪਿੰਡ ਸੀ ਪੱਕੀਆਂ ਮਸਜਿਦਾਂ ਸੀ ਹਾਂ ਨਹੀਂ ਕੋਈ ਕੱਚੀਆਂ ਕੋਈ ਪੱਕੀਆਂ ਸਨ ਅੱਛਾ ਹਾਂ ਤੇ ਘਰ ਪੱਕੇ ਕਿੰਨਾ ਦੇ ਸਨ ਹਾਂ ਘਰ ਪੱਕੇ ਰਾਜਪੂਤਾਂ ਦੇ ਪੱਕੇ ਸਨ ਹਾਂ ਪੱਕੇ ਸਨ ਉਹ ਸਹੀਦੇ ਬਹਿੰਦੇ ਸਨ ਕਿ ਤੈਨੂੰ ਦੱਸਿਆ ਵੀ ਆਖੋ ਬੰਦੇ ਵੱਲ ਵੇਖ ਛੱਡਦਾ ਸੀ ਤੇ ਬੰਦੇ ਨੂੰ ਚਾਨਣ ਹੋ ਜਾਂਦਾ ਸੀ ਵੀ ਮੇਰੇ ਵੱਲ ਕਿਸੇ ਵੇਖਿਆ ਕੋਈ ਚੁਬਾਰਾ ਚੁਬੂਰਾ ਵੀ ਬਣਾਇਆ ਸੀ ਹਾਂ ਨਹੀਂ ਉਹ ਚੁਬਾਰਿਆਂ ਦਾ ਨਵਾਜ ਹੀ ਕੋਈ ਨਹੀਂ ਸੀ ਪੱਕੇ ਮਕਾਨ ਸੁਥਰੇ ਸੱਚੇ ਸਨ ਮਾਮਾ ਤੇ ਜਿੱਥੇ ਲੋਕ ਆ ਕੇ ਬਹਿੰਦੇ ਹੁੰਦੇ ਸੀ ਕੋਈ ਦਰਖਤ ਦਰੁਖਤ ਇਹ ਹੁਣ ਤੇ ਬੈਠਕਾਂ ਸਾਡੇ ਨੂੰ ਦੁਆਨਖਾਨੇ ਸਾਡੇ ਅੱਛਾ ਹਾਂ ਦੁਆਨਖਾਨਾ ਸੀ ਦੁਆਨਖਾਨੇ ਸਨ ਚੌਲ ਜਾਂਦੇ ਦੁਆਨਖਾਨੇ ਦੇ ਵਿੱਚ ਬਹਿੰਦੇ ਰਹੇ ਅਸੀਂ ਆਪ ਬੱਚੇ ਸਨ ਤੇ ਚੱਲ ਜਾਂਦੇ ਸਨ ਸਾਡੇ ਨਾਲ ਪਿਆਰ ਕਰਦੇ ਸਨ ਅੱਛਾ ਰੂਹ ਵਾਲੇ ਬੰਦੇ ਸਨ ਮਾੜੇ ਦੀ ਸਨ ਭਾਰਾ ਬੰਦਾ ਜ਼ਮੀਨ ਵਾਲਾ ਕਿਹੜਾ ਸੀ ਹਾਂ ਜ਼ਮੀਨਦਾਰ ਕਿਹੜਾ ਬੰਦਾ ਸੀ ਜ਼ਿਆਦਾ ਬੂਟਾ ਆਦੀ ਆਦੀ ਪੈਂਦਾ ਸੀ ਬੂਟਾ ਬੂਟਾ ਹਾਂ ਇਹ ਕਿਹੜੀ ਬਰਾਦਰੀ ਦਾ ਸੀ ਪਠਾਨ ਅੱਛਾ ਪਠਾਨ ਸੀ ਹਾਂ ਸਹੀ ਹੋ ਗਿਆ ਇਹਦੀ ਵਾਵਾ ਚੱਲਦੀ ਸੀ ਹਾਂ ਹਾਂ ਸਹੀ ਚੱਲਦੀ ਵਾਲਾ ਸੀਗੇ ਤੇ ਸਾਰੇ ਸੀ ਵੀ ਰਿਪੋਰਟ ਕੀ ਤੇ ਜੱਟ ਕੀ ਇਹ ਇਸੇ ਦਾ ਸਿਰ ਵੀ ਜਿਵੇਂ ਭਰਾ ਭਰਾ ਹੁੰਦੇ ਨੇ ਸੱਜਣ ਸਨ ਇੱਕ ਦੂਜੇ ਦੇ ਦੁਸ਼ਮਣ ਨਹੀਂ ਸਨ ਸੱਜਣ ਸਨ ਤੁਸੀਂ ਬੋਲ ਛੋਲ ਤੁਹਾਡੇ ਬਜ਼ੁਰਗ ਚੁੱਕਦੇ ਹੁੰਦੇ ਸੀ ਸਾਰੇ ਸਾਡੇ ਬੋਲ ਮੁੰਡੇ ਚੁੱਕਦੇ ਸਨ ਬੋਲ ਜਿੰਨੇ ਵੀ ਨੇ ਹਾਂ ਜਿਹੜਾ ਬੋਲ ਬਣਿਆ ਮੁੰਡੇ ਟੁੱਟ ਕੇ ਜਾ ਪੈਂਦੇ ਸਨ ਜਾਂਦਾ ਸਨ ਮੁੰਡਿਆਂ ਦੇ ਵਿੱਚ ਮੁੰਡਿਆਂ ਨੂੰ ਖਾਣ ਨੂੰ ਮਿਲਦੀ ਸੀ ਦੁਖਦੀ ਉਹ ਇੱਦਾਂ ਦੀ ਮੋਟੀ ਹੁੰਦੀ ਸੀ ਉਹ ਦੇਣੀ ਉਹਨਾਂ ਨੇ ਰਾਜ ਬਣਾਉਣੇ ਅੱਛਾ ਹਾਂ ਤੇ ਭਲਵਾਨ ਵੀ ਹੋਇਆ ਕੋਈ ਪਿੰਡ ਦਾ ਭਲਵਾਨ ਬਣੇ ਸਨ ਕੀ ਨਾਂ ਸੀ ਹਾਂ ਨਾਂ ਦਾ ਨਹੀਂ ਮੈਨੂੰ ਪਤਾ ਪੰਜ ਚਾਰ ਭਲਵਾਨ ਸਨ ਦਰਸ਼ ਅੱਛਾ ਹਾਂ ਕੋਈ ਕਬੱਡੀ ਸ਼ਬੱਡੀ ਹੁੰਦੀ ਸੀ ਕਬੱਡੀ 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 ਵੀ ਹੁੰਦੀ ਸੀ ਕਬੱਡੀ ਮੁੰਡੇ ਖੇਡਦੇ ਹਨ ਬਦਲ ਅੱਛਾ ਹਾਂ ਲਸਾ ਲਾ ਕੇ ਲਸਾ ਟੱਪਦੇ ਸਨ ਤੁਸੀਂ ਵੀ ਭਲਵਾਨੀ ਕੀਤੀ ਹੈ ਕੋਈ ਨਹੀਂ ਹਾਂ ਉਹ ਤਾਂ ਬਾਲ ਥਾ ਵਾਲਾ ਕੀ ਕਰਨਾ ਸੀ ਅੱਛਾ ਹਾਂ ਅੱਛਾ ਬਾਬਾ ਜੀ ਹੁਣ ਦੱਸੋ ਹਾਂ ਜਦੋਂ 47 ਦੀ ਵੰਡ ਹੋਈ ਕਿੱਦਾਂ ਪਤਾ ਲੱਗਿਆ ਤੁਹਾਡੇ ਪਿੰਡ ਵਾਲਿਆਂ ਨੂੰ ਸਾਡੇ ਹਾਫਿਜ਼ ਜੀ ਮੁਸਲਮਾਨ ਜੀ ਅੱਛਾ ਉਸ ਜਲਸਾ ਕੀਤਾ ਸੀ ਸਾਡੇ ਪਿੰਡ ਹਾਂ ਅੱਛਾ ਪਿੰਡ ਤਿੰਨ ਦਿਨ ਤਿੰਨ ਦਿਨ ਕਰਕੇ ਤੇ ਚਲੇ ਗਏ ਸਨ ਉਦੋਂ ਬਾਰਾ ਫੇਰ ਕੀਤਾ ਉਹਨੂੰ ਦਰਸ਼ਾ ਸੀ ਉਹ ਹਾਂ ਦੀਨ ਦਾ ਪਤਾ ਸੀ ਉਹਨੂੰ ਔਰ ਫਿਰ ਜਲਸਾ ਕੀਤਾ ਦੋ ਜਲਸੇ ਕੀਤੇ ਉਹਦੇ ਤੋਂ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਉਹ ਤੇ ਸੌਕਾ ਹਸ਼ਰ ਦਿੱਤਾ ਤੇ ਇਹ ਸਹੀ ਆ ਉਹਦੇ ਮਗਰ ਲੱਗ ਕੇ ਵੋਟ ਹੋਏ ਵੋਟ ਹੋਏ ਸੀ ਹਾਂ ਮੁੰਡੇ ਆ ਮੁੰਡੇ ਨਾ ਬਾਹਰ ਕਰਾ ਜਾ ਮੈਂ ਭਾਰਾ ਦੋਨੋਂ ਇਹਦੇ ਨਾਲ ਜਵਾਨ ਸਾਂ ਅੱਛਾ ਅਸੀਂ ਆਪ ਗਏ ਹਾਂ ਵੋਟਾਂ ਤੇ ਅੱਛਾ ਹਾਂਜੀ ਕਾਦੀ ਕਾਦੀ ਵੋਟ ਪਏ ਸਨ ਅੱਛਾ ਹਾਂਜੀ ਕਾਦੀ ਨੇੜੇ ਸੀ ਹਾਂ ਬੜਾ ਬਹੁਤ ਹੀ ਬੜਾ ਬੜਾ ਪੈਦੇ ਸੀ ਉੱਥੇ ਬਹੁਤ ਹੋਏ ਸਨ ਉੱਥੇ ਬਹੁਤ ਅੱਗੇ ਲਾਏ ਸਹੀ ਹੋ ਗਿਆ ਹਾਂ ਅੱਛਾ ਬਜ਼ੁਰਗੋ ਤੁਹਾਡੇ ਉੱਤੇ ਆਲੇ ਦੁਆਲੇ ਪਿੰਡਾਂ ਦੇ ਸਿੱਖਾਂ ਨੇ ਹਮਲਾ ਕੀਤਾ ਹਾਂ ਸਿੱਖਾਂ ਨੇ ਹਮਲਾ ਕੀਤਾ ਕੋਈ ਜੱਥਾ ਪਿਆ ਤੁਹਾਡੇ ਪਿੰਡ ਨੂੰ ਹਮਲੇ ਹਾਂਜੀ ਬੜੇ ਬੜੇ ਉਹ ਦੱਸੋ ਸਾਨੂੰ ਸਾਰੀ ਕਹਾਣੀ ਕਿਵੇਂ ਕਿਵੇਂ ਹੋਇਆ ਹਾਂ ਕਿਹੜਾ ਟਾਈਮ ਸੀ ਹੋਏ ਬੰਦਾ ਨੇ ਜੱਸਾ ਵੱਜ ਕੇ ਆਉਂਦੇ ਸਨ ਅੱਗੋਂ ਜੁਰਦ ਸੀ ਬੰਦਿਆਂ ਦੇ ਵਿੱਚ ਤੇ ਡੱਕਦੇ ਸਨ ਉਹਦਾ ਡੰਡਾ ਛੋਟਾ ਸੀ ਕੋਈ ਨਫਰਾ ਨਹੀਂ ਸਨ ਹਾਂ ਡੰਡਾ ਛੋਟਾ ਸੀ ਤੇ ਡੰਡੇ ਛੋਟੇ ਦੇ ਨਾਲ ਡੱਕਦੇ ਸਨ ਲੜਾਈ ਹੁੰਦੀ ਸੀ ਉਦੋਂ ਉਦੋਂ ਹਾਰ ਕੇ ਨੱਸ ਜਾਂਦੇ ਸਨ ਅੱਛਾ ਹਾਂ ਦਰਸ਼ੇ ਸਨ ਮੁਸਲਮਾਨ ਜਾਂਦਾ ਸਨ ਮੁਸਲਮਾਨਾਂ ਦੇ ਤੇ ਜਦੋਂ ਜੱਥਾ ਕਹਿੰਦੇ ਪਿੰਡ ਵੀ ਵੜ ਗਿਆ ਸੀ ਤੁਹਾਡੇ ਹਾਂ ਪਿੰਡ ਵੜ ਨਹੀਂ ਦਿੱਤੇ ਨਾ
ਬਾਅਦ ਬਾਅਦ ਸਾਰੇ ਕੰਮ ਕਰ ਛੱਡਿਆ ਨਹੀਂ ਸਾਡੇ ਵਧੀਆ ਗੋਰਖਾ ਬੈਠਦੇ ਜਸਾ ਬੰਨ ਕੇ ਆਉਂਦੇ ਹਨ ਲੰਘਦੇ ਜਾਂਦੇ ਹਨ ਦਾਲੇ ਬਾਜ਼ਾਰ ਸੀ ਉਹ ਲੰਮਾ ਨਾ ਸੋਟਾ ਬੰਨ ਕੇ ਤੇ ਉਹਨੂੰ ਅੱਗ ਲਾ ਦਿੱਤੀ ਮਾਲ ਪਤਾ ਰੂੰ ਕਿੰਨੇ ਹੈ ਉਹ ਅਲਮਾਰੀ ਦੇ ਪਿੰਡ ਦੀ ਸੀ ਤੁਹਾਡੇ ਦੀ ਤੇ ਹੋਰ ਉਹਨੇ ਪਾਇਆ ਜਿਵੇਂ ਸੋਟਾ ਦਾ ਅੱਗ ਲਾ ਕੇ ਕੱਪੜਿਆਂ ਨੂੰ ਵੀ ਲਾ ਕੇ ਤੇ ਨਾਲੇ ਪੰਜ ਹੋਏ ਨੱਸ ਕੇ ਸਰਦੇ ਪਲਦੇ ਅੱਛਾ ਹਾਂਜੀ ਤੇ ਫਿਰ ਤੁਸੀਂ ਬੈਠੇ ਰਹੇ ਪਿੰਡ ਨਾ ਪਹਿਲਾਂ ਚਲ ਬੈਠੇ ਤੇ ਉਦੋਂ ਬਾਦਾ ਫਿਰ ਜਦੋਂ ਗੋਰਖਾ ਬੈਠੇ ਦੀ ਆਈ ਆ ਇਹਨਾਂ ਆਖਿਆ ਵੀ ਤੁਹਾਡੀ ਵਾਰੀ ਆ ਗਈ ਆ ਤੇ ਨਹੀਂ ਤੇ ਤੁਹਾਡੇ ਵਾਸਤੇ 2000 ਬੰਦਾ ਇਕੱਠਾ ਕੀਤਾ ਹੈ ਕਾਫਲਾ ਉਹ ਪਏਗਾ ਰਫਲਾ ਚੱਲਣ ਗਈਆਂ ਅੱਛਾ ਸਾਡੇ ਅਸਲ ਅਸੀਂ ਕਹਿੰਦੇ ਆ ਸੀ ਫਜਲ ਉਸ ਆਖਿਆ ਵੀ ਅਸਲ ਸਾਨੂੰ ਭਾਰ ਕੋਈ ਨਹੀਂ ਉਹਨੇ ਹੱਥ ਦੱਸੀ ਹੱਥ ਦੱਸੀ ਅਸਲ ਆਪਣਾ ਆਸ਼ਿਆ ਜਿਸਾਂ ਦੀਆਂ ਜਾਨਵਰ ਮਾਰਨ ਵਾਲੀਆਂ ਰਫਲਾਂ ਨੇ ਇਹ ਸਾਡੀਆਂ ਬੰਦੂਕਾਂ ਸਨ ਉਹਨੇ ਨਾਲੀਆਂ ਉਹ ਬਣਾਈਆਂ ਸੀ ਉਹ ਨਾਲੀਆਂ ਬੰਦਾ ਮਾਰ ਦਿੰਦੀਆਂ ਹਾਂਜੀ ਉਹਨੇ ਆਖਿਆ ਸਾਨੂੰ ਪਹਿਲਾਂ ਦੇਣਾ ਉਹਨੇ ਆਖਿਆ ਦਿਓ ਉਸ ਆਖਿਆ ਉਹ ਫੌਜੀ ਵਰਤੀ ਲਾਈ ਸੀ ਉਹਨੇ ਆਖਿਆ ਵੀ ਕੰਮ ਕਰੋ ਅਤੇ 10 ਬੰਦੇ ਤੁਹਾਡੇ ਅੱਗੇ 10 ਸਾਡੇ ਮਗਰ ਉਦੋਂ ਮਗਰ ਫਿਰ 10 ਸਾਡੇ ਤੁਹਾਡੇ ਅਤੇ ਉਹਦੇ ਮਗਰ ਫਿਰ ਸਾਡੇ 10 ਅੱਛਾ ਦਿਓ ਪਿੰਡ ਵਿੱਚ ਗਏ ਨਾ ਉਹਨਾਂ ਨੇ ਥਾਣੇ ਖੋਲ੍ਹ ਦਿੱਤੀ ਖੋਲੀ ਹਾਂ ਇਹਨਾਂ ਇਹਨਾਂ ਨੇ ਅੱਛਾ ਇਹਨਾਂ ਨੇ ਹਾਂ ਇਹਨਾਂ ਆਖਿਆ ਇਹਨਾਂ ਮਗਰ ਜਿਹੜੇ ਬੰਦੇ ਸਨ ਇਹਨਾਂ ਇਹਨਾਂ ਆਖਿਆ ਵੀ ਤੁਹਾਨੂੰ ਵੀ ਅਸਲ ਆਪਣਾ ਇਹ ਵੀ ਚਲਾਈ ਆਏ ਜਿਹੜਾ ਚਲਾਈ ਆ ਉਹਨਾਂ ਆਖਿਆ ਵੀ ਨਹੀਂ ਕੰਮ ਬਣਨਾ ਫਿਰ ਉਹਨੂੰ ਆਖਿਆ ਵੀ ਤੁਹਾਡੀ ਮਾਰੀ ਆ ਅਤੇ ਪਾਰਕ ਤੋਂ ਲੈ ਕੇ ਤੇ ਪਰਸੋਂ ਤੱਕ ਅੱਛਾ ਦੋ ਦਿਨ ਆ ਜਾਂਦੇ ਗੱਲ ਫਿਰ ਤੁਸੀਂ ਕਿਵੇਂ ਨਿਕਲੇ ਹਾਂ ਇਸ ਤਰ੍ਹਾਂ ਹੀ ਆਪਣਾ ਭਾਲ ਬੰਨ੍ਹ ਕੇ ਤੁਰ ਪਏ ਫਿਰ ਹੋਰ ਗੱਲ ਸਮਾਨ ਚੱਕਿਆ ਘਰਾਂ 'ਚੋਂ ਹਾਂ ਜਿਹਨੇ ਜਿਹਨੇ ਚੁੱਕਿਆ ਗਿਆ ਉਹਨਾਂ ਚੁੱਕਿਆ ਗਿਆ ਉਦੋਂ ਕਿਹੜਾ ਵੀ ਸ਼ਾਸੀ ਭੁੱਲ ਜਾ ਜਿਹੜਾ ਮੱਝਾਂ ਡੰਗਰ ਤੁਹਾਡੇ ਖੋਤੇ ਸਨ ਫਸ ਹਰ ਸ਼ਾਈ ਹਰ ਸ਼ਾਈ ਨਾਲ ਲੈ ਆਏ ਅਗੇ ਅੱਛਾ ਨਾਲ ਲੈ ਆਏ ਹਾਂ ਤੇ ਹੋਰ ਇਹ ਫਿਰ ਇਹਨੇ ਦਫਲ ਪਾਈ ਸੀ ਅਲਾਪਾਕ ਸੀ ਉਹ ਨਾਲ ਸੀ ਸਾਡੇ ਅੱਛਾ ਉਹ ਨਾਲ ਕੇ ਤੇ ਸਾਨੂੰ ਡੇਰਾ ਲਗਾਇਆ ਡੇਰੇ ਸੀ ਤਾਂ ਸਾਨੂੰ ਪਾਰ ਸੀ ਵਰਗਾ ਪਾਰ ਕੋਈ ਨਹੀਂ ਅੱਛਾ ਹਾਂਜੀ ਡੇਰਾ ਲਗਾਇਆ ਉਹਨੇ ਸਾਡੇ ਮਗਰ ਬਟਾਲੇ ਵਾਲੇ ਸਨ ਬਟਾਲੇ ਵਾਲੇ ਦਾ ਨੁਕਸਾਨ ਹਾਂ ਹਾਂ ਲੱਤ ਬਾਹ ਕਿਸੇ ਦੀ ਲੱਤ ਹਨ ਕਿਸੇ ਦੀ ਬਾਂਹ ਹਨ ਤੁਹਾਡਾ ਕਾਫਲਾ ਸਹੀ ਸਲਾਮਤ ਪਹੁੰਚਿਆ ਸਾਡਾ ਸਹੀ ਸਲਾਮਤ ਪਹੁੰਚ ਕਿਸੇ ਨੂੰ ਆਜ਼ਾਦ ਨਹੀਂ ਲੱਗੇ ਤੇ ਜਦੋਂ ਤੁਸੀਂ ਇਹ ਪਾਰ ਕੀਤਾ ਦਰਿਆ ਉਦੋਂ ਪਾਣੀ ਤਾਂ ਨਹੀਂ ਚੜਿਆ ਸੀ ਹਾਂ ਪਾਣੀ ਪਾਣੀ ਕੋਈ ਨਹੀਂ ਸੀ ਬਾਰਿਸ਼ ਬਾਰਿਸ਼ ਅੱਛਾ ਬਾਰਿਸ਼ ਦੇਖੇ 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 ਬਾਰਿਸ਼ ਸਭ ਭੂਰ ਪੈਂਦੀ ਹੈ ਸਰ ਬਾਰਿਸ਼ ਦੇ ਵਿੱਚ ਆਏ ਨਹਿਤੀ ਰਹੇ ਅਸੀਂ ਕਿੰਨਾ ਚਿਰ ਅੱਛਾ ਫਿਰ ਅਸੀਂ ਮਾਘੀ ਆ ਗਿਆ ਮਾਘੀ ਰਹੇ ਉਹਦਾ 8-10 ਦਿਨ ਉਹ ਤੋਂ ਬਾਅਦ ਫਿਰ ਗਾਹ ਨਿਕਲ ਆਏ ਅੱਛਾ ਫਿਰ ਉੱਥੇ ਆਣ ਕੇ ਤੇ ਅਸੀਂ ਪਸਰੋੜ ਬੈਠੇ ਹਾਂ ਅੱਛਾ ਪਸਰੋੜ ਬਹਿ ਕੇ ਤੇ ਉੱਥੇ ਫਿਰ ਸਾਡੇ ਨਾਨਕੇ ਸਨ ਉਹਨਾਂ ਫਿਰ ਸਾਨੂੰ ਬੁਢਾਪੇ ਨਹੀਂ ਸੀ ਉੱਥੇ ਲਾ ਲਿਆ ਉੱਥੇ ਸਾਡਾ ਬਥੇਰ ਸੀ ਅੱਛਾ ਸਾਡਾ ਚੇਅਰਮੈਨ ਮੈਂਬਰ ਉਹਦੇ ਕੋਲ ਫਿਰ ਆਇਆ ਉਹਦੇ ਕੋਲ ਫਿਰ ਜਦੋਂ ਸਾਡੇ ਪੈਸੇ ਜਾ ਕੇ ਲੱਗਾ ਉਦੋਂ ਇੱਥੇ ਆ ਇੱਥੇ ਆ ਗਏ ਹਾਂ ਹੁਣ ਕਦੀ ਪਿੰਡ ਜਾਣ ਨੂੰ ਦਿਲ ਨਹੀਂ ਕੀਤਾ ਸ਼ੁਕਰ ਸੀ ਕੋਈ ਮਸ਼ਹੂਰ ਚੀਜ਼ ਪਿੰਡ ਦੀ ਕੋਈ ਐਸੀ ਮਸ਼ਹੂਰ ਚੀਜ਼ ਜਿਹੜੀ ਬਹੁਤੀ ਯਾਦ ਆਉਂਦੀ ਹੋਵੇ ਮਸ਼ਹੂਰ ਇਹ ਸੀ ਵੀ ਤਾਲੁਕਾ ਸਨ ਬੰਦਿਆਂ ਦੇ ਨਾਲ ਸਾਰੇ ਮਾਪੇ ਦੇ ਘਰ ਦੇ ਹਨ ਪੁੱਤਰ ਸਮਝਦੇ ਹਨ ਤੇ ਸਾਰਿਆਂ ਦੇ ਘਰਾਂ 'ਚ ਫਿਰਦੇ ਹਨ ਭਾਵੇਂ ਫਸਾਣ ਆ ਤੇ ਭਾਵੇਂ ਇਹਦੇ 'ਚ ਪੁੱਤ ਸਾਰੇ ਘਰਾਂ ਵਿੱਚ ਫਿਰਦੇ ਹਨ ਸਾਰੇ ਦੇਤ ਕਰਦੇ ਹਨ ਆਉਂਦੇ ਹਨ ਬੱਚਾ ਹੈਂ ਸਹੀ ਸਹੀ ਇਹ ਮਸ਼ਹੂਰੀ ਹੁੰਦੀ ਹੈ ਹੋਰ ਮਸ਼ਹੂਰੀ ਕਾਹਦੀ ਹੈ ਜਿਹੜੇ ਬਾਹਮਰ ਰਹਿੰਦੇ ਸੀ ਘਰ ਉੱਥੇ ਹਾਂ ਉਹ ਸਾਡੇ ਨਾਲ ਹੀ ਆ ਗਏ ਸਨ ਨਾਲ ਆ ਗਏ ਸਨ ਹਾਂ ਉਹ ਕਿੱਧਰ ਨੂੰ ਆ ਗਏ ਸਨ ਇੱਧਰ ਹੀ ਕਿਤੇ ਵਿਚਾਰੇ ਆ ਗਏ ਉਹ ਵੀ ਕਿਤੇ ਬਹਿ ਗਏ ਅੱਛਾ ਤੇ ਜਿਹੜੇ ਚਮਾਰ ਸਨ ਉਹ ਲਾਉਂਦੇ ਆ ਵੀ ਸਾਨੂੰ ਮਾਲ ਛੱਡਣਾ ਉਹਨਾਂ ਨੇ ਅੱਛਾ ਰਜਕਾਲੇ ਸਨ ਤੇ ਉਹ ਫਿਰ ਨਾਲ ਸਾਡੇ ਆ ਗਏ ਦਰੇ ਦਾਲ ਕੇ ਮੁਸਲਮਾਨ ਹੋ ਗਏ ਅੱਛਾ ਹਾਂ ਤੇ ਅੱਛਾ ਇੱਧਰ ਆ ਗਏ ਸੀ ਹਾਂ
ਸਬਜ਼ਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।